ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਦੀਨਾਨਗਰ ਵਿੱਚ ਸ਼ਿਵ ਸੈਨਾ ਬਾਲ ਠਾਕਰੇ ਵੱਲੋਂ ਸਿਟੀ ਪ੍ਰਧਾਨ ਅਜੇ ਕੁਮਾਰ ਦੀ ਅਗਵਾਈ ਹੇਠ ਪਾਕਿਸਤਾਨ ਦਾ ਝੰਡਾ ਅਤੇ ਅੱਤਵਾਦ ਦਾ ਪੁਤਲਾ ਫੂਕਿਆ ਗਿਆ ਅਤੇ ਬੱਸ ਸਟੈਂਡ ਦੇ ਬਾਹਰ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਮੌਕੇ ਸ਼ਿਵ ਸੈਨਾ ਦੇ ਕਈ ਸੀਨੀਅਰ ਨੇਤਾਵਾਂ ਨੇ ਸ਼ਿਰਕਤ ਕੀਤੀ। ਸ਼ਿਵ ਸੈਨਾ ਵੱਲੋਂ ਪਾਕਿਸਤਾਨ ਅਤੇ ਅਲਗਾਵਾਦੀਆਂ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਸ਼ਿਵ ਸੈਨਾ ਦੁਆਰਾ ਬੰਬ ਬੰਬ ਬੋਲੇ ਦੇ ਜਕਾਰੇ ਵੀ ਲਗਾਏ ਗਏ। ਇਸ ਮੌਕੇ ਸ਼ਿਵ ਸੈਨਾ ਵੱਲੋਂ ਅਲਗਾਵਾਦੀਆਂ ਵੱਲੋਂ ਅਮਰਨਾਥ ਯਾਤਰਾ ਵਿੱਚ ਵਿਘਨ ਪਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼ ਦੀ ਨਿੰਦਾ ਵੀ ਕੀਤੀ ਗਈ। ਦੀਨਾਨਗਰ ਤੋਂ ਦੀਪਕ ਕੁਮਾਰ ਦੀ ਰਿਪੋਰਟ, ਜਗ ਸੇਵਕ ਵੈਬ ਟੀਵੀ। ਆਤੰਕਵਾਦੀ, ਦੋ ਚਾਰ ਆਤੰਕਵਾਦੀ ਆ ਕੇ ਸਾਡੇ ਹਿੰਦੁਸਤਾਨ ਦਾ ਮਾਹੌਲ ਖਰਾਬ ਕਰਦੇ ਨੇ। ਸਾਡਾ ਧਾਰਮਿਕ ਸਥਲ ਅਮਰਨਾਥ ਯਾਤਰਾ, ਜਿਹੜਾ ਕਿ ਸਾਰੇ ਹਿੰਦੂਆਂ ਦੀ ਆਸਥਾ ਦਾ ਪ੍ਰਤੀਕ ਹੈ, ਦੋ ਅਲਗਵਾਦੀ ਆਉਂਦੇ ਨੇ ਤੇ ਆ ਕੇ ਉਹ ਯਾਤਰਾ ਨੂੰ ਬੰਦ ਕਰਾ ਦਿੰਦੇ ਨੇ। ਅਸੀਂ ਹਿੰਦੂ ਹੋਣ ਦੇ ਨਾਤੇ ਇਹ ਕਦੇ ਬਰਦਾਸ਼ਤ ਨਹੀਂ ਕਰਾਂਗੇ। ਇਹ ਯਾਤਰਾ ਪੁਰਾਤਨ ਟਾਈਮ ਤੋਂ ਚਲਦੀ ਆਈ ਹੈ, ਚੱਲ ਰਹੀ ਹੈ ਔਰ ਚਲਦੀ ਰਹੇਗੀ। ਜੇ ਇਹ ਦੋ ਚਾਰ ਅਲਗਵਾਦੀ ਇਸ ਨੂੰ ਇਸ ਵਿੱਚ ਕੋਈ ਵੀ ਰੁਕਾਵਟ ਪੈਦਾ ਕਰਨ ਦੀ ਕੋਸ਼ਿਸ਼ ਕਰਨਗੇ, ਅਸੀਂ ਚੱਟਾਨ ਵਣ ਖਲੋ ਕੇ ਇਹਨਾਂ ਦਾ ਸਾਹਮਣਾ ਕਰਾਂਗੇ ਤੇ ਇਹਨਾਂ ਦਾ ਮੂੰਹ ਤੋੜ ਜਵਾਬ ਦਿਆਂਗੇ। ਅਸੀਂ ਇਹਨਾਂ ਦਾ ਇਹ ਜਿਹੜਾ ਵੀ ਸਾਡੇ ਹਿੰਦੁਸਤਾਨ ਨੂੰ ਪਾੜ ਪਾਉਣ ਦੀ ਕੋਸ਼ਿਸ਼ ਕਰਦੇ ਨੇ, ਕਸ਼ਮੀਰੀਆਂ ਨੂੰ ਭੜਕਾਉਂਦੇ ਨੇ, ਕਸ਼ਮੀਰੀਆਂ ਨੂੰ ਭੜਕਾ ਕੇ ਪਥਰਾਵ ਕਰਾਉਂਦੇ ਨੇ। ਮੈਂ ਕਸ਼ਮੀਰੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਹ ਹਿੰਦੁਸਤਾਨ ਚ ਰਹਿੰਦੇ ਨੇ ਤੇ ਹਿੰਦੂ ਬਣ ਕੇ ਰਹਿਣ, ਹਿੰਦੁਸਤਾਨੀ ਬਣ ਕੇ ਰਹਿਣ। ਪਾਕਿਸਤਾਨ ਨੇ ਇਹਨਾਂ ਨੂੰ ਕੁਝ ਨਹੀਂ ਦੇਣਾ। ਇਹ ਹਿੰਦੁਸਤਾਨੀ ਨੇ ਤੇ ਹਿੰਦੁਸਤਾਨੀ ਬਣ ਕੇ ਸਾਨੂੰ ਹਮੇਸ਼ਾ ਹੀ ਹਿੰਦੁਸਤਾਨ ਦੇ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਉਹਦਾ ਬੱਸ ਨਹੀਂ ਚੱਲਦਾ ਤੇ ਉਹ ਦੂਜੇ ਤਰੀਕਿਆਂ ਨਾਲ ਸਾਡੇ ਦੇਸ਼ ਦੀ ਵਾਤਾਵਰਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ। ਅੱਤਵਾਦੀ ਮਰਨ ਤੋਂ ਬਾਅਦ ਇਹ ਕੀ ਕਾਰਨ ਬਣਦਾ ਹੈ ਕਿ ਲੋਕ ਇੰਨੇ ਹਜੂਮ ਦੇ ਵਿੱਚ ਇਕੱਠੇ ਹੋ ਜਾਏ? ਜਿਹੜੇ ਅਲਗਾਵਾਦੀ ਹੈ ਲੋਕ ਹੈਗੇ ਨੇ, ਜਾ ਕੇ ਉਹ ਜਾਣ ਬੁੱਝ ਕੇ ਇਹਨਾਂ ਲੋਕਾਂ ਨੂੰ ਉਕਸਾਉਂਦੇ ਨੇ ਤੇ ਘਾਟੀ ਦਾ ਮੋਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ। ਮੈਂ ਸਮੂਹ ਕਸ਼ਮੀਰੀਆਂ ਨੂੰ ਇਹ ਦਰਖਾਸਤ ਕਰਨਾ ਚਾਹੁੰਦਾ ਹਾਂ ਕਿ ਇਹਨਾਂ ਲੋਕਾਂ ਦੀ ਵਿਚਾਰਧਾਰਾ ਤੋਂ ਹਟ ਕੇ ਰਹਿਣ ਤੇ ਆਪਣੇ ਦੇਸ਼ ਨਾਲ ਜੁੜ ਕੇ ਰਹਿਣ। ਪਾਕਿਸਤਾਨ ਨੇ ਤੁਹਾਨੂੰ ਕੁਛ ਨਹੀਂ ਦੇਣਾ ਹੈਗਾ। ਜਿਹੜੇ ਪਾਕਿਸਤਾਨ ਦੇ ਵਿੱਚ ਇਸ ਵੇਲੇ ਰਹਿ ਰਹੇ ਨੇ, ਹਿੰਦੁਸਤਾਨ ਤੋਂ ਕੱਟ ਕੇ ਰਹਿ ਰਹੇ ਨੇ, ਉਹਨਾਂ ਨੂੰ ਵੀ ਇਸ ਵੇਲੇ ਹਾਲੇ ਤੱਕ ਉੱਥੋਂ ਦੀ ਉਹਨਾਂ ਨੇ ਨਾਗਰਿਕਤਾ ਪ੍ਰਦਾਨ ਨਹੀਂ ਕੀਤੀ ਹੈਗੀ। ਅਸੀਂ ਆਪਣੇ ਦੇਸ਼ ਨਾਲ ਜੁੜ ਕੇ ਰਹੀਏ, ਆਪਣੇ ਦੇਸ਼ ਦੀ ਸੰਵਿਧਾਨ ਦੀ ਪਾਲਣਾ ਕਰੀਏ, ਇਹ ਸਾਡੇ ਲਈ ਬਿਹਤਰ ਰਹੇਗਾ। ਬਹੁਤ ਬਹੁਤ ਧੰਨਵਾਦ।